ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ। ਹਰ ਐਤਵਾਰ ਨੂੰ ਆਪਾਂ ਆਪਣੇ ਪਿੰਡ ਡਸਕੇ ਦੇ ਵਿੱਚ ਮਿਲਦੇ ਹਾਂ ਮਰੀਜ਼ਾਂ ਨੂੰ। ਜਿਨ੍ਹਾਂ ਨੇ ਮਿਲਣਾ ਉਹ ਜ਼ਰੂਰ ਮਿਲ ਸਕਦੇ ਹੋ ਹਰ ਐਤਵਾਰ ਨੂੰ, ਕੋਈ ਫੋਨ ਕਰਨ ਦੀ ਲੋੜ ਨਹੀਂ, ਸਿੱਧੇ ਆ ਕੇ ਮਿਲ ਸਕਦੇ ਹੋ ਐਤਵਾਰ ਨੂੰ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮਿਲਦੇ ਹਾਂ ਮੈਂ। ਔਰ ਤੁਸੀਂ ਜਿਸ ਕਿਸੇ ਨੂੰ ਵੀ ਕੋਈ ਲੰਮੀ ਸਮੇਂ ਤੋਂ ਬਿਮਾਰੀ ਦੇ ਨਾਲ ਕਿਸੇ ਨਾਲ ਜੂਝ ਰਿਹਾ ਤਾਂ ਉਹ ਬਿਲਕੁਲ ਠੀਕ ਹੋ ਜਾਏਗਾ। ਨਬਜ਼ ਦੇਖ ਕੇ ਅਸੀਂ ਇਲਾਜ ਕਰਦੇ ਹਾਂ ਜੜ੍ਹ ਤੋਂ। ਸੋ ਕਿਸੇ ਵੀਰਾਂ ਨੇ, ਕੁਝ ਨੇ ਮੈਨੂੰ ਸਵਾਲ ਪੁੱਛੇ ਸੀਗੇ ਬਾਹਰ ਫੋਰਨ ਕੰਟਰੀ ਦੇ ਵਿੱਚ, ਜਿੱਦਾਂ ਅੱਜ ਕਈ ਬਿਮਾਰੀਆਂ ਨੇ, ਕਬਜ਼, ਗੈਸ, ਤੇਜ਼ਾਬ, BP, ਸ਼ੂਗਰ, ਨੀਂਦ ਨਾ ਆਉਣਾ, ਇੱਦਾਂ ਦੀਆਂ ਕਈ ਬਿਮਾਰੀਆਂ ਨੇ। ਇਹਨਾਂ ਤੋਂ ਬਚਣ ਵਾਸਤੇ ਕੀ ਕਰੀਏ? ਤੁਹਾਡੇ ਸਾਰਿਆਂ ਦੇ ਖੇਤਾਂ ਦੇ ਵਿੱਚ, ਘਰਾਂ ਦੇ ਵਿੱਚ ਸਬਜ਼ੀਆਂ ਆਮ ਅਸੀਂ ਵੇਖਦੇ ਹਾਂ, ਇਹਨਾਂ 'ਤੇ ਤੁਸੀਂ ਆਪਣਾ ਇਲਾਜ ਕਰ ਸਕਦੇ ਹੋ ਜੜ੍ਹ ਤੋਂ। ਤੁਹਾਡੇ ਘਰਾਂ ਦੇ ਵਿੱਚ ਭਿੰਡੀ ਦੀ ਸਬਜ਼ੀ ਤੁਸੀਂ ਬਣਾਉਂਦੇ ਹੋ, ਭਿੰਡੀ ਐਡੀ ਗੁਣਾਕਾਰੀ ਚੀਜ਼ ਹੈ ਵੀ ਜੇ ਤੁਸੀਂ ਉਹਨੂੰ ਵਰਤੋਂ ਤਾਂ ਤੁਹਾਨੂੰ ਇਹ ਰੋਗ ਹੋ ਹੀ ਨਹੀਂ ਸਕਦੇ। 5-4 ਭਿੰਡੀਆਂ ਲੈ ਲਓ, ਉਹਨਾਂ ਨੂੰ ਦੋਨਾਂ ਸਾਈਡਾਂ ਤੋਂ ਉੱਪਰੋਂ ਵੀ ਔਰ ਥੱਲੋਂ ਵੀ ਕੱਟ ਲਾ ਕੇ, ਵਿਚਾਲੇ ਚੀਰਾ ਲਾ ਕੇ 5 ਭਿੰਡੀਆਂ ਨੂੰ 1 ਗਲਾਸ ਪਾਣੀ 'ਚ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਉਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਹ ਭਿੰਡੀਆਂ ਚੱਬ ਕੇ ਨਾਲ ਉਹ ਪਾਣੀ ਪੀਓ ਸਵੇਰੇ ਖਾਲੀ ਪੇਟ ਹਰ ਰੋਜ਼। ਜਿੰਨਾ ਟਾਈਮ ਭਿੰਡੀ, ਵੈਸੇ ਤਾਂ ਹੁਣ ਤਾਂ ਹਰ ਸਮੇਂ ਮਿਲ ਜਾਂਦੀ ਹੈ ਜਦੋਂ ਇਹਦਾ ਸੀਜ਼ਨ ਹੁੰਦਾ, ਜੇ ਤੁਸੀਂ ਸੀਜ਼ਨ ਵੀ 6 ਮਹੀਨੇ ਵੀ ਇਹਨੂੰ ਵਰਤੋਂ ਲਗਾਤਾਰ, 3 ਮਹੀਨੇ ਵੀ ਲਗਾਤਾਰ ਹਰ ਸਾਲ ਵਰਤੋਂ, ਤਾਂ ਤੁਹਾਨੂੰ ਮੈਂ ਗਰੰਟੀ ਲਿਖ ਕੇ ਦੇ ਸਕਦਾ ਤੁਹਾਨੂੰ ਕਦੇ ਕਬਜ਼, ਕਦੇ ਗੈਸ, ਕਦੇ ਤੇਜ਼ਾਬ, ਕਦੇ ਨੀਂਦ ਨਾ ਆਉਣਾ ਰਾਤ ਨੂੰ, BP ਜਿੰਨਾ ਮਰਜ਼ੀ ਲੋ ਜਾਂ ਹਾਈ ਰਹਿੰਦਾ ਇਹ ਕੋਈ ਦਿੱਕਤ ਨਹੀਂ ਆਊਗੀ, ਸ਼ੂਗਰ ਦੀ ਕਦੇ ਬਿਮਾਰੀ ਤੁਹਾਡੇ ਨੇੜੇ ਨਹੀਂ ਆਊ। ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਤੁਸੀਂ ਭਿੰਡੀ ਦਾ ਇਸਤੇਮਾਲ ਕਰੋ ਜਦੋਂ ਸੀਜ਼ਨ ਆਉਂਦਾ ਇਹਦਾ, ਗਰਮੀਆਂ ਦੀ ਸੀਜ਼ਨ ਹੈ ਇਹਦਾ। ਹਰ ਰੋਜ਼ 1 ਗਲਾਸ ਪਾਣੀ 'ਚ 5 ਭਿੰਡੀਆਂ ਨੂੰ ਉੱਪਰੋਂ ਔਰ ਥੱਲੋਂ ਦੋਨੇ ਸਾਈਡਾਂ ਤੋਂ ਕੱਟ ਕੇ ਵਿਚਾਲੇ ਚੀਰਾ ਲਾ ਕੇ ਪਾਣੀ 'ਚ ਭਿਉਂ ਕੇ ਰੱਖ ਦਿਉ। ਸਵੇਰੇ ਚੰਗੀ ਤਰ੍ਹਾਂ ਨਿਚੋੜ ਕੇ ਭਿੰਡੀਆਂ ਨੂੰ ਪਾਣੀ ਪੀਓ, ਨਾਲ ਉਹ ਭਿੰਡੀਆਂ ਚੱਬ ਚੱਬ ਕੇ ਖਾ ਲਓ, ਤਾਂ ਤੁਹਾਨੂੰ ਜ਼ਿੰਦਗੀ 'ਚ ਕਦੇ ਸ਼ੂਗਰ ਨਹੀਂ ਹੋਊਗਾ, ਕਦੇ BP ਲੋ ਜਾਂ ਹਾਈ ਨਹੀਂ ਹੋਊਗਾ, ਕਦੇ ਨੀਂਦ ਨਾ ਆਉਣ ਦੀ ਬਿਮਾਰੀ ਨਹੀਂ ਆਏਗੀ, ਕਦੇ ਤੁਹਾਨੂੰ ਗੈਸ, ਤੇਜ਼ਾਬ, ਕਬਜ਼ ਵਗੈਰਾ ਕੋਈ ਬਿਮਾਰੀਆਂ ਪੇਟ ਦੀਆਂ ਨਹੀਂ ਰਹਿਣਗੀਆਂ। ਭਿੰਡੀ ਐਡੀ ਗੁਣਾਕਾਰੀ ਚੀਜ਼ ਹੈ, ਅੰਮ੍ਰਿਤ। ਆਪ ਵਰਤੋ, ਹੋਰਾਂ ਨੂੰ ਅੱਗੇ ਦੱਸੋ, ਸਿਹਤਮੰਦ ਹੋਵੋ, ਕੁਦਰਤ ਨਾਲ ਜੁੜੋ, ਕੁਦਰਤ ਨਾਲ ਪਿਆਰ ਕਰੋ, ਦੇਸੀ ਜੜੀ ਬੂਟੀਆਂ ਦੇ ਨਾਲ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।